ਸਤਿ ਸ਼੍ਰੀ ਅਕਾਲ ਹਾਈ ਐਵਰੀਵਨ ਯਾਰ ਆ ਗੱਡੀ 'ਚ ਪਹਿਲਾਂ ਤਾਂ ਥੋੜ੍ਹਾ ਜਿਹਾ ਮਿਊਜ਼ਿਕ ਲਾਓ ਹੈਰੀ ਹਾਂਜੀ ਇਹ ਪਿੱਛੇ ਥੋੜ੍ਹਾ ਜਿਹਾ ਮਿਊਜ਼ਿਕ 'ਚ ਲਾਓ ਮੈਨੂੰ ਲੱਗਦਾ ਟਾਇਰ 'ਚ ਆਪਣੇ ਵਾਲੇ ਨਾਲ ਹੀ ਹੈ ਜੀ ਹੈ ਆਪਣੇ ਮੂਲ ਵਾਲੀ ਟਾਇਰ ਕੱਲ੍ਹ ਵਾਲੀ ਗੱਡੀ ਉਹੀ ਗੱਡੀ ਹੈ ਨਾ ਜੀ ਹਾਂ ਤੂੰ ਥੋੜ੍ਹਾ ਜਿਹਾ ਮਿਊਜ਼ਿਕ ਲਾ ਪਹਿਲਾਂ ਕਿਉਂਕਿ ਨਾ ਬੜਾ ਗੱਡੀਆਂ ਦੇ ਹੌਰਨ ਦੀ ਆਵਾਜ਼ ਆ ਰਹੀ ਆ ਤਾਂ ਬਹੁਤ ਐਂ ਲੱਗ ਰਿਹਾ ਜਿੱਦਾਂ ਪਤਾ ਨਹੀਂ ਕੀ ਹੋ ਰਿਹਾ ਸੋ ਵੀ ਆਰ ਸਟਕ ਇਨ ਟ੍ਰੈਫਿਕ ਐਂਡ ਦੇਰ ਇਜ਼ ਅ ਲਾਈਵ ਇੰਟਰਵਿਊ 2 ਵਜੇ ਤਾਂ 2 ਵਜਣ 'ਚ ਸਿਰਫ 5-7 ਮਿੰਟ ਰਹਿ ਗਏ ਆ ਐਂਡ ਆਈ ਐਮ ਸਟਿਲ ਔਨ ਮਾਈ ਵੇ ਸੋ ਕੱਲ ਅਸੀਂ ਦਿੱਲੀ ਆਏ ਸੀਗੇ ਜਿੰਦ ਯਾਰ ਆ ਨਹੀਂ ਰਹਿਰੀ ਮੈਂ ਫਿਰ ਇਹ ਬੰਦ ਕਰਕੇ ਉਹ ਕਰਨੀ ਪੂਗੀ ਨਹੀਂ ਨਹੀਂ ਤੂੰ ਲਾ ਪੰਜਾਬੀ ਗਾਣੇ ਲਾ ਨਾ ਪਿੱਛੇ ਕਾ ਕੀ ਲਾਇਆ ਥੋੜਾ ਜਿਹਾ ਤਾਂ ਚੇਂਜ ਕਰ ਗੱਡੀ ਖੜਾ ਰੱਖੇ ਪੈ ਅਰੇ ਐਫਐਮ ਹੀ ਲਾ ਦੇ ਦੂਜਾ ਚੇਂਜ ਹੈਰੀ ਆਰ ਯੂ ਕਿਡਿੰਗ ਮੀ ਉੱਤੇ ਨੰਬਰ ਆ ਰਹੇ ਆ ਤੂੰ ਨੱਪੀ ਜਾ ਕਿਤੇ ਤੇ ਕਿਹੜਾ ਗਾਣਾ ਆ ਜਾਊਗਾ ਤੈਨੂੰ ਪਤਾ ਲੱਗ ਜਾਊਗਾ ਸਕੈਨ ਨਹੀਂ ਕਰਨਾ ਯਾ ਜਸਟ ਟੱਚ ਹੈਰੀ ਤੂੰ ਤਾਂ ਕਰਨ ਲੱਗ ਪਿਆ ਜਿੱਦਾਂ ਮੈਂ ਤੈਨੂੰ ਨਾ ਕਿਤੇ ਜਹਾਜ਼ 'ਚ ਬਿਠਾ ਤਾ ਤੈਨੂੰ ਫੰਕਸ਼ਨ ਹੀ ਨਹੀਂ ਸਮਝ ਆ ਰਹੇ ਗੱਡੀ ਤੇ ਤੈਨੂੰ ਫੰਕਸ਼ਨ ਨਹੀਂ ਆ ਰਹੇ ਐਨੀਵੇਜ਼ ਦਿਸ ਇਜ਼ ਦ ਮੈਡਨੈਸ ਡਿਊਰਿੰਗ ਪ੍ਰਮੋਸ਼ਨ ਸੋ ਜਿੰਦ ਮਾਹੀ ਇਜ਼ ਕਮਿੰਗ ਔਨ 5th of August ਕੱਲ੍ਹ ਅਸੀਂ ਦਿੱਲੀ ਆਏ ਸੀਗੇ ਜੇ ਜਿਹੜੇ ਵੀ ਲੋਕ ਕੱਲ੍ਹ ਪੈਸੀਫਿਕ ਮਾਲ ਆਏ ਸੀ ਜੇ ਉਹ ਪਤਾ ਨਹੀਂ ਹੁਣ ਲਾਈਫ 'ਤੇ ਹੈ ਜਾਂ ਨਹੀਂ ਆਈ ਡੋਂਟ ਨੋ ਬਟ ਆਈ ਵਾਂਟ ਟੂ ਹਾਂ ਐਕਚੁਲੀ ਚਮਕੀਲਾ ਜੀ ਦੇ ਗਾਣੇ ਲਾਓ ਜੇ ਹੈ ਤਾਂ ਪਰ ਕੋਈ ਗੱਲ ਨਹੀਂ ਮੇਰੇ ਡਾਇਰੈਕਟਰ ਸਾਹਿਬ ਦੀ ਫਰਮਾਇਸ਼ ਆਈ ਆ ਹਾਂ ਸੋ ਐਨੀਵੇਜ਼ ਕਮਿੰਗ ਬੈਕ ਟੂ ਦ ਪੁਆਇੰਟ ਕੱਲ੍ਹ ਅਸੀਂ ਦਿੱਲੀ ਆਏ ਸੀ ਇੰਨਾ ਮੀਂਹ ਪੈ ਰਿਹਾ ਸੀ ਬਟ ਫਿਰ ਵੀ ਲੋਕ ਉੱਥੇ ਬਾਹਰ ਮਾਲ ਦੇ ਖੜੇ ਸੀ ਆਈ ਵਾਂਟ ਟੂ ਥੈਂਕ ਯੂ ਪਰਸਨਲੀ ਫੋਰ ਦੈਟ ਕੱਲ੍ਹ ਵੀ ਕੀਤਾ ਸੀ ਅਤੇ ਬਹੁਤ ਬਹੁਤ ਥੈਂਕ ਯੂ ਕਿ ਤੁਸੀਂ ਮੀਂਹ ਦੇ ਬਾਵਜੂਦ ਵੀ ਉੱਥੇ ਖੜੇ ਹੋਏ ਐਂਡ ਯਾ ਵੀ ਆਰ ਵੈਰੀ ਵੈਰੀ ਥੈਂਕਫੁਲ ਐਕਸਾਈਟਿਡ ਅਤੇ 5 ਨੂੰ ਫਿਲਮਾਂ ਜਾਣੀਆਂ ਯਾ ਸਿੱਧੂ ਮੂਸੇਵਾਲਾ ਹੀ ਲਾਇਆ ਆ ਕਿਸੇ ਨੇ ਕਿਹਾ ਸਿੱਧੂ ਮੂਸੇਵਾਲਾ ਲਾ ਲਓ ਜੋਰਡਨ ਬੈਸਟ ਵਿਸ਼ ਸੋਨਮ ਐਂਡ ਅਜੇ ਥੈਂਕ ਯੂ ਜੋਰਡਨ ਥੈਂਕ ਯੂ ਸੋ ਮੱਚ ਬਾਕੀ ਸੇਮ ਹੀ ਗੱਲਾਂ ਅਸੀਂ ਕਰੀ ਜਾਂਦੇ ਹਾਂ ਬਟ ਲਾਡੋ ਤੁਹਾਨੂੰ ਬਹੁਤ ਪਸੰਦ ਆਊਗੀ ਤਾਂ ਤੁਸੀਂ 5 ਤਰੀਕ ਨੂੰ ਸਿਨੇਮਾ ਦੇ ਵਿੱਚ ਜਾ ਕੇ ਫਿਲਮ ਦੇਖੇਗੇ ਓਕੇ ਆਈ ਥਿੰਕ ਅਸੀਂ ਪਹੁੰਚ ਚੱਲੇ ਹਾਂ ਆਲਮੋਸਟ ਸਾਡੇ ਵੈਨਿਊ ਆਈ ਜਸਟ ਵਾਂਟਡ ਟੂ ਕਮ ਐਂਡ ਟੈਲ ਯੂ ਗਾਇਸ ਦੈਟ ਆਈ ਐਮ ਸੋ ਗ੍ਰੇਟਫੁਲ ਫੋਰ ਆਲ ਆਫ ਯੂ ਆਈ ਲਵ ਯੂ ਐਂਡ ਥੈਂਕ ਯੂ ਫੋਰ ਆਲ ਯੋਰ ਸਪੋਰਟ ਐਂਡ ਲਵ ਅਤੇ ਤੁਹਾਡਾ ਜਿੰਦ ਮਾਹੀ ਦੇ ਹਾਲੇ ਤੱਕ ਜਿੰਨੇ ਵੀ ਗਾਣੇ ਆਏ ਆ ਤੁਹਾਡਾ ਕਿਹੜਾ ਫੇਵਰੇਟ ਆ ਉਹ ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਟ੍ਰੇਲਰ 'ਚ ਸਭ ਤੋਂ ਵਧੀਆ ਚੀਜ਼ ਕੀ ਲੱਗੀ ਇਹ ਵੀ ਸਾਨੂੰ ਦੱਸਿਓ ਕਿਉਂਕਿ ਤੁਹਾਡੇ ਰਿਵਿਊਜ਼ ਬਹੁਤ ਜ਼ਰੂਰੀ ਆ ਐਂਡ ਕਿਉਂਕਿ ਕਮੈਂਟਸ ਵੀ ਪੜ੍ਹ ਰਹੀ ਹਾਂ ਮੈਂ ਸਵਾਲ ਇਹ ਪੁੱਛਿਆ ਕਿ ਤੁਹਾਨੂੰ ਗਾਣਾ ਕਿਹੜਾ ਸਭ ਤੋਂ ਵਧੀਆ ਲੱਗਿਆ ਆਈ ਵਾਂਟ ਟੂ ਸੀ ਯੋਰ ਗਾਇਜ਼ ਰੀਲਸ ਤੇ ਜੇ ਤੁਹਾਨੂੰ ਡਾਇਲੌਗਸ ਵਧੀਆ ਲੱਗੇ ਟ੍ਰੇਲਰ ਦੇ ਤਾਂ ਫਿਰ ਉਹਦੇ ਤੇ ਤੁਸੀਂ ਰੀਲਸ ਬਣਾਓ ਆਈ ਐਮ ਸੋ ਐਕਸਾਈਟਡ ਟੂ ਸੀ ਯੋਰ ਵਰਜ਼ਨ ਆਫ ਲਾਡੋ ਬਾਕੀ ਅਸੀਂ ਆਲਮੋਸਟ ਪਹੁੰਚ ਗਏ ਮੈਂ ਆਲਰੇਡੀ ਲੇਟ ਹਾਂ ਬਟ ਸੈਂਡਿੰਗ ਯੂ ਆਲ ਅ ਲੋਟ ਆਫ ਲਵ ਬਹੁਤ ਸਾਰਾ ਪਿਆਰ ਅਤੇ ਅਸੀਂ ਜਲਦੀ ਜਲਦੀ ਮਿਲਾਂਗੇ